ਬਈ ਜਿਸ ਤਰ੍ਹਾਂ ਦੀ ਜ਼ਰੂਰਤ ਤੂੰ ਦੇਖੀ ਉਸੇ ਤਰ੍ਹਾਂ ਦਾ ਰੂਪ ਬਚਾਇਆ, ਉਹ ਜਿਹਾ ਬਲ ਲੈ ਕੇ ਆਇਆ ਔਰ ਆਣ ਕੇ ਕੰਮ ਕੀਤਾ। ਪ੍ਰਿਥਵੀ ਖੰਡਾ ਸਾਜ ਕੇ ਸਭ ਤੋਂ ਪਹਿਲਾਂ ਸਾਜਿਆ ਤੂੰ ਖੰਡਾ ਮੌਤ, ਮਰਨ ਲਿਖਾਏ ਮੰਡਲ ਮੈਂ ਆਏ। ਪਹਿਲੇ ਮਰਨਾ ਮੌਤ ਬਣਾਈ, ਆਖਿਆ ਜਿਸਨੇ ਜਮਣਾ ਉਸਨੇ ਮਰਨਾ ਜ਼ਰੂਰ ਹੈ। ਜੋ ਜਨਮੇ ਸੋ ਜਾਨੂ ਮੂਆ, ਜੋ ਕੋਈ ਜਮੇ ਇਹ ਸਮਝ ਲਓ ਵੀ ਮਰਨ ਵਾਸਤੇ ਜਮੇ। ਸਦਾ ਕਿਸੇ ਸੰਸਾਰ ਚ ਰਹਿਣਾ ਨਹੀਂ, ਜੋ ਕੋਈ ਆਇਆ ਜਾਣ ਵਾਸਤੇ ਆਇਆ, ਜੋ ਜਮੇ ਉਸਨੇ ਮਰਨਾ ਹੈ। ਪਰ ਜਨਮ ਤੋਂ ਲੈ ਕੇ ਮਰਨ ਤੱਕ ਜਿਤਨਾ ਸਮਾਂ ਉਸਨੇ ਸੰਸਾਰ ਚ ਰਹਿਣਾ, ਨੇਕੀ ਜਾਂ ਬਦੀ ਦੀਆਂ ਉਸਨੇ ਦੋ ਨਿਸ਼ਾਨੀਆਂ ਛੋੜ ਜਾਣੀਆਂ। ਨੇਕੀ ਕਰੇਗਾ ਤਾਂ ਸੰਸਾਰ ਵਿੱਚ ਜਸ ਹੋਏਗਾ, ਬਦੀ ਕਰਕੇ ਜਾਏਗਾ ਤਾਂ ਹਾਲ ਹੋਏਗਾ ਅੱਜ ਜਿਹੜਾ ਰਾਵਣ ਦਾ ਹੋ ਰਿਹਾ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਮੂਰਖ। ਮੂਰਖਾਂ ਚੋਂ ਮੂਰਖ ਕੌਣ ਹੈ? ਗਦਾ। ਇਸੇ ਵਾਸਤੇ ਰਾਵਣ ਨੂੰ ਜਦ ਵੀ ਬਣਾਇਆ ਅੱਜ ਦੇ ਦਿਨ ਸਾਰਨ ਵਾਸਤੇ ਤਾਂ ਉੱਤੇ ਸਿਰ ਖੋਤੇ ਦਾ ਲਾਇਆ। ਮੂਰਖਤਾ ਦੀ ਨਿਸ਼ਾਨੀ ਦੱਸੀ, ਇਤਨਾ ਪੜ੍ਹ ਲਿਖ ਗਿਆ ਪਰ ਮੂਰਖ ਹੋਣਾ ਨਾ ਗਿਆ। ਜਿਸਨੂੰ ਮੱਥਾ ਟੇਕਣਾ ਸੀ ਉਹਨੂੰ ਚੁਰਾ ਲਿਆ, ਜਿਸ ਦੀਆਂ ਅਸੀਸਾਂ ਲੈਣੀਆਂ ਸਨ ਉਸ ਨਾਲ ਮੱਥਾ ਲਾ ਬੈਠਾ। ਇਸ ਤੋਂ ਵੱਡਾ ਮੂਰਖ ਹੋਣਾ ਹੋਰ ਕੋਈ ਨਹੀਂ ਬੰਦੇ ਦਾ, ਕਿ ਜਿੱਥੋਂ ਕੁਝ ਹਾਸਲ ਹੋਣਾ ਹੋਵੇ ਉੱਥੋਂ ਹੀ ਮੁਨਕਰ ਹੋ ਜਾਏ, ਜਿੱਥੋਂ ਕੁਝ ਲੈਣਾ ਹੋਵੇ ਉੱਥੇ ਹੀ ਮੱਥਾ ਲਾ ਪਵੇ। ਤਾਂ ਸਮਝੋ ਉਸਦਾ ਕਾਲ ਨੇੜੇ ਆ ਜਾਵੇ। ਮੌਤ ਉਸਨੂੰ ਤਲਾਸ਼ ਕਰਦੀ ਫਿਰਦੀ ਹੈ, ਜਮ ਉਸਦੇ ਸਿਰ ਤੇ ਬੈਠਾ ਹੈ। ਚੌ ਵੇਦਾਂ ਦਾ ਵਕਤਾ ਸੀ ਰਾਵਣ, ਪਰ ਖਿਤਾਬ ਦਿੱਤਾ ਮੂਰਖ ਦਾ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਦਾ ਰਾਵਣ ਕਿਆ ਲੈ ਗਿਆ? ਸੋਨੇ ਦੀ ਲੰਕਾ ਲਈ ਜੋ ਛਲ ਨਾਲ ਸੀ। ਇੱਕ ਵਾਰੀ ਸ਼ਿਵਜੀ ਮਹਾਰਾਜ ਜਾ ਰਹੇ ਸੀ, ਨਾਲ ਸੀ ਪਾਰਵਤੀ। ਜਗ੍ਹਾ ਪਸੰਦ ਆ ਗਈ, ਪਾਰਵਤੀ ਨੇ ਆਖਿਆ ਸਵਾਮੀ ਮੇਰਾ ਜੀ ਕਰਦਾ ਇੱਥੇ ਇੱਕ ਮਹਿਲ ਹੋਵੇ, ਇਸ ਮਹਿਲ ਵਿੱਚ ਨਿਵਾਸ ਕਰਾਂ, ਜਿਤਨਾ ਪਾਉਣ ਪਾਣੀ ਇੱਥੇ ਇੱਥੋਂ ਦਾ। ਸਮੁੰਦਰ ਦਾ ਕਿਨਾਰਾ ਬੜੇ ਚਿਰ ਤੋਂ ਪਾਲਦੀ ਸਾਂ, ਕੋਈ ਇਹੋ ਜਿਹੀ ਥਾਂ ਲੱਭੇ ਅੱਜ ਦਿੱਤੀ ਹੈ। ਕਹਿਣ ਲੱਗੇ ਪਾਰਵਤੀ ਸਾਨੂੰ ਕੀ ਲੋੜ ਹੈ, ਨਵੀਆਂ ਉਪਾਧੀਆਂ ਖੜੀਆਂ ਕਰਨ ਦਾ ਕੋਈ ਮਤਲਬ ਨਹੀਂ, ਗੁਜਰਾਨ ਕਰਨੀ ਹੈ, ਬਥੇਰੀਆਂ ਥਾਵਾਂ ਨੇ ਗੁਜਰਾਨ ਵਾਸਤੇ, ਇਹ ਉਚੇਚੇ ਅਡੰਬਰ ਕਰਨ ਦੀ ਲੋੜ ਨਹੀਂ। ਆ ਪਾਰਵਤੀ ਵਕਤ ਪਿਆ ਜਾਂਦਾ ਛੇਤੀ ਚਲੀ, ਪਰ ਹੱਥ ਕਰਕੇ ਬਹਿ ਗਏ। ਰਾਜੇ ਦਾ ਹੱਥ, ਜੋਗੀ ਦਾ ਹੱਥ, ਬਾਲ ਦਾ ਹੱਥ ਤੇ ਸਤਰੀ ਦਾ ਹੱਥ, ਇਹ ਚਾਰ ਹੱਥ ਹਨ ਔਰ ਬੜੇ ਜ਼ਬਰਦਸਤ। ਰਾਜਾ ਵੀ ਜਿਹੜਾ ਹਠੀ ਹੋ ਜਾਏ, ਹੱਟ ਕਰ ਬਹੇ, ਹਠੀ ਹੋ ਗਿਆ ਦੁਰਯੋਧਨ, ਵੀ ਮੈਂ ਪਾਂਡਵਾਂ ਨੂੰ ਸੂਈ ਦੀ ਨੋਕ ਜਿੰਨੀ ਥਾਂ ਨਹੀਂ ਦੇਣੀ। ਭਗਵਾਨ ਕ੍ਰਿਸ਼ਨ ਆਪ ਚੱਲ ਕੇ ਆਏ, ਤੁਹਾਡੇ ਭਾਈ ਹਨ, ਹੱਕ ਉਹਨਾਂ ਦਾ ਹੈ, ਅੱਧਾ ਰਾਜ ਤਾਂ ਉਨੀ ਉਹਨਾਂ ਦਾ ਬਣਦਾ ਹੈ, ਪਰ ਤੁਸੀਂ ਉਹਨਾਂ ਦੇ ਨਾਲ ਬੜਾ ਛਲ ਕੀਤਾ, ਬੜਾ ਕੁਪਟ ਕੀਤਾ। ਹੁਣ ਬਹੁਤ ਕੁਛ ਨਹੀਂ ਮੰਗਦੇ, ਮੈਂ ਇਸ ਵਾਸਤੇ ਚੱਲ ਕੇ ਆਇਆ ਵੀ ਪੰਜ ਪਿੰਡ ਦੇ ਦੇ, ਗੁਜਰਾਨ ਕਰ ਲੈ। ਤੇ ਦੁਰਯੋਧਨ ਹੱਥ ਵਿੱਚ ਆਇਆ, ਕਹਿੰਦਾ ਪੰਜ ਪਿੰਡਾਂ ਦੀ ਗੱਲ ਕਰਨਾ? ਸੂਈ ਦੀ ਨੌਕ ਜਿੰਨੀ ਥਾਂ ਨਾ ਦਿਆਂ। ਸਾਹਿਬਾਨੀ ਵਿੱਚ ਆਖਦਿਨ ਹਮਰੀ ਪੂੰ ਕੌਣ ਗਾਲੇ ਪੈ, ਮੇਰੀ ਪੌਣੀ ਵਿੱਚ ਕੋਈ ਜਮਿਆ ਪੈਰ ਰੱਖਣ ਵਾਲਾ? ਇਸ ਹੱਥ ਪਿੱਛੇ ਕਈ ਕਤਲ ਹੋ ਗਏ,
ਕਈ ਖੂਨ ਹੋ ਗਏ, ਪਾਣੀਆਂ ਤੋਂ ਲੜ ਪਏ ਜੱਟ, ਖੇਤ ਖੇਤ ਸੁੰਜਾ ਹੋ ਗਏ, ਕਿਉਂਕਿ ਖੇਤ ਦਾ ਮਾਲਕ ਹੀ ਨਾ ਰਿਹਾ। ਤੋ ਜਿਸ ਵੇਲੇ ਹੱਥ ਵਿੱਚ ਆ ਜਾਵੇ ਕੋਈ ਵੀ ਆ ਜਾਵੇ, ਹੱਥ ਬੜਾ ਬੁਰਾ, ਇੱਥੋਂ ਤੱਕ ਆਖਿਆ ਵੀ ਹੱਥ ਕਰ ਮਰੇ ਨਾ ਲਿਖੇ ਪਾ, ਮਨ ਹੱਥ ਕਰਮ ਕਮਾਵਦ, ਜਿਹੜੇ ਮਨ ਹੱਥ ਨਾਲ ਕਰਮ ਕਰਨੇ ਹਨ, ਰਸ ਨਾਲ ਕਰਨੇ ਹੋਰ ਹਨ, ਹੱਥ ਨਾਲ ਕਰਨੇ ਹੋਰ ਹਨ, ਫਿਰ ਵੀ ਜੇ ਕਿਸੇ ਸੇਖ ਕਾਰਜ ਦਾ ਹੱਥ ਹੋਵੇ ਤਾਂ ਚੰਗਾ ਹੈ, ਇਹੋ ਜਿਹਾ ਬੁਰਾ ਸੰਬੰਧਾ ਕਰ ਪਵੇ ਇਸਦਾ ਕੋਈ ਫਲ ਫਾਇਦਾ ਨਹੀਂ। ਸੋ ਬਿਨਾਂ ਪਛਤਾਏ ਹੋਰ ਕੁਛ ਪ੍ਰਾਪਤ ਨਹੀਂ ਹੁੰਦਾ। ਹੱਥ ਕਰ ਬੈਠੀ ਪਾਰਵਤੀ ਵੀ ਮੈਂ ਤਾਂ ਇੱਥੇ ਮਾਲ ਬਣਾਉਣਾ, ਤੁਹਾਡੇ ਅੱਗੇ ਕਿਹੜੀ ਵੱਡੀ ਗੱਲ ਹੈ, ਤੁਸਾਂ ਤਾਂ ਕਹਿ ਹੀ ਦੇਣਾ ਵਿਸ਼ਕਰਮਾ ਨੂੰ ਬਣਾ ਦੇ। ਕਹਿਣ ਲੱਗੇ ਚੰਗਾ ਕਹਿ ਦੇ। ਵਿਸ਼ਕਰਮਾ ਨੂੰ ਸੱਦਿਆ, ਜਿਸ ਵੇਲੇ ਕਹਿਣ ਲੱਗੇ ਵੀ ਇੱਥੇ ਮਾਲ ਬਣਾ ਦੇ, ਤਾਂ ਕਹਿਣ ਲੱਗੀ ਮੈਂ ਤਾਂ ਸੋਨੇ ਦਾ ਬਣਾਉਣਾ, ਤੇ ਫਿਰ ਇਕੱਲਾ ਮਹਿਲ ਮੈਂ ਕੀ ਕਰਾਂ, ਵਿਚਕਾਰ ਮਹਿਲ ਹੋਵੇ ਤੇ ਆਸੇ ਪਾਸੇ ਵਧੀਆ ਹੋਵੇ ਸ਼ਹਿਰ, ਔਰ ਉਹ ਵੀ ਸੋਨੇ ਦਾ। ਜਿਵੇਂ ਪਾਰਵਤੀ ਕਹਿੰਦੀ ਗਈ ਤਿਵੇਂ ਬਣਦਾ ਗਿਆ। ਹੁਣ ਇਸ ਗੱਲ ਤੇ ਹੱਥ ਕੀਤਾ ਵੀ ਮਹਿਲ ਵਿੱਚ ਤਾਂ ਬਹਿਣਾ ਪਹਿਲਾਂ ਇਸ ਦੀ ਡੱਠ ਹੋਵੇ, ਪੰਡਿਤ ਬੁਲਾਓ ਵੇਦ ਪਾਠੀ ਜੋ ਮੰਤਰਾਂ ਦਾ ਉਚਾਰਨ ਕਰਨ ਤੇ ਇਹ ਮਹਿਲ ਸ਼ੁੱਧ ਹੋਵੇ, ਪਵਿੱਤਰ ਹੋਵੇ ਤੇ ਫਿਰ ਇਸ ਵਿੱਚ ਨਿਵਾਸ ਕਰਾਂ। ਇਸ ਵੇਲੇ ਪੰਡਿਤ ਆਏ ਇਹਨਾਂ ਵਿੱਚ, ਇਹਨਾਂ ਵਿੱਚ ਰਾਵਣ ਵੀ ਆਇਆ ਸੀ, ਬੜਾ ਵਿਦਵਾਨ, ਚਾਰ ਵੇਦ ਇਸਨੇ ਆਣ ਕੇ ਸੁਣਾਏ, ਪਰ ਇਸ ਸ਼ਰਤ ਨਾਲ ਵੀ ਜੋ ਮੰਗਾਂਗਾ ਸੋ ਲਵਾਂਗਾ। ਸ਼ਿਵ ਜੀ ਮੁਸਕਰਾਏ, ਕਿਉਂ ਪਾਰਵਤੀ, ਆਖਣ ਲੱਗੀ ਪ੍ਰਭੂ ਐਸਾ ਪੰਡਿਤ ਐਸਾ ਵਿਦਵਾਨ ਤੇ ਅੱਜ ਤਾਈਂ ਨਾ ਅੱਗੇ ਸੁਣੀਏ ਨਾ ਦੇਖੀਏ, ਇਹ ਸ਼ਰਤ ਮਾਮੂਲੀ ਹੈ, ਜੋ ਕੁਝ ਮੰਗੇਗਾ ਦੇ ਦਿਆਂਗੇ। ਹਾਂ ਪੰਡਿਤ ਤੂੰ ਸੁਣਾ ਚਾਰ ਵੇਦ। ਤਾਂ ਰਾਵਣ ਵੇਦ ਸੁਣਾਉਣ ਲੱਗਿਆ, ਸਿਰਫ ਸੁਣਾਏ ਨਹੀਂ ਨਾਲ ਟੀਕਾ ਵੀ ਕਰਦਾ, ਅਰਥ ਵੀ ਕਰਦਾ। ਜੋ ਅਰਥ ਰਾਵਣ ਨੇ ਕੀਤੇ ਹਨ ਵੇਦਾਂ ਦੇ, ਉਹ ਜਿਹਾ ਅਰਥ ਅਜੇ ਤੱਕ ਕਿਸੇ ਕੀਤਾ ਨਹੀਂ। ਇਸ ਵਾਸਤੇ ਰਾਵਣ ਦੇ ਕੀਤੇ ਹੋਏ ਅਰਥ ਨੂੰ ਪੰਜਵਾਂ ਵੇਦ ਮੰਨੇ, ਉਪਵੇਦ ਆਖਦੇ ਹਨ। ਇਹ ਵੀ ਵੇਦਾਂ ਦਾ ਹੀ ਸਰੂਪ ਹੈ ਜਿਹੜਾ ਟੀਕਾ ਰਾਵਣ ਨੇ ਕੀਤਾ। ਜਿਸ ਵੇਲੇ ਰਾਵਣ ਨੇ ਚਾਰ ਵੇਦ ਸੁਣਾਏ, ਹੁਣ ਵੇਲਾ ਆਇਆ ਦੇਣ ਦਾ, ਤੇ ਕਹਿਣ ਲੱਗੇ ਮੰਗ ਵੀ ਪੰਡਿਤ ਕੀ ਮੰਗਦਾ। ਉਹਨੇ ਆਖਿਆ ਦਿਓਗੇ ਨਾ। ਹਾਂ ਬਚਨ ਕੀਤਾ ਹੈ, ਜੋ ਪਾਰਵਤੀ ਬਚਨ ਕੀਤਾ ਹੋਇਆ ਨਾ। ਹਾਂ ਪ੍ਰਭੂ ਕੀਤਾ ਹੋਇਆ, ਜੋ ਮੰਗੇਗਾ ਦੇ ਦਿਆਂਗੇ, ਕਿਹੜੇ ਕਾਲ ਹੈ ਸਾਡੇ ਘਰ। ਰਾਵਣ ਨੂੰ ਜਿਸ ਵੇਲੇ ਆਖਿਆ ਮੰਗ, ਤਾਂ ਉਹਨੇ ਆਖਿਆ ਫਿਰ ਇਹ ਸਾਰੀ ਲੰਕਾ ਮੰਗਦੇ ਸੀ, ਇਹ ਜਿਤਨੀ ਲੰਕਾ ਹੈ ਜਿਸ ਮਹਿਲ ਦੀ ਰੱਖ ਕਰਨ ਵਾਸਤੇ ਇਕੱਠੇ ਹੋਏ ਹਨ ਸਾਰੇ, ਇਹਦੇ ਵਿੱਚ ਤੁਸੀਂ ਨਾ ਬਹੋ, ਇਸ ਵਿੱਚ ਹੁਣ ਮੈਂ ਹੀ ਰਵਾਂ। ਪਾਰਵਤੀ ਤਾਂ ਗੁੱਸੇ ਹੋ ਗਈ, ਪਰ ਸ਼ਿਵ ਜੀ ਹੱਸ ਰਹੇ। ਹੋਰ ਗੁੱਸਾ ਆਇਆ ਵੀ ਮੈਂ ਇਹਦੀ ਦੁਖੀ ਹਾਂ ਤੇ ਤੁਸੀਂ ਭੈਸਦੇ ਹੋ, ਤੁਹਾਨੂੰ ਮੇਰੇ ਦੁੱਖ ਦਾ ਕੋਈ ਅਨੁਭਵ ਨਹੀਂ। ਕਹਿਣ ਲੱਗੇ ਪਾਰਵਤੀ ਮੈਂ ਤਾਂ ਬੜਾ ਖੁਸ਼ ਹਾਂ। ਆਖਿਆ ਕਿਸ ਗੱਲ ਤੇ? ਕਹਿਣ ਲੱਗੇ ਜੇ ਕਿਤੇ ਤੇਰੇ ਸਮੇਤ ਹੀ ਇਹ ਮੰਗ ਲੈਂਦਾ ਤੇ ਮੈਨੂੰ ਦੇਣਾ ਪੈਂਦਾ, ਕਿਉਂਕਿ ਬਚਨ ਕੀਤੀ ਬੈਠਾ ਤਾਂ ਸ਼ੁਕਰ ਹੈ ਇਹਦੀ ਮਦ ਤੇ ਪਰਦਾ ਪੈ ਗਿਆ, ਇਹਨੇ ਸਿਰਫ ਸੋਨੇ ਦੀ ਲੰਕਾ ਮੰਗੀ ਹੈ, ਤੈਨੂੰ ਨਹੀਂ ਮੰਗ ਲਿਆ। ਆ ਹੁਣ ਜਿਸ ਤਰ੍ਹਾਂ ਤੈਨੂੰ ਆਖਿਆ ਸੀ ਅਗਾਂ ਚਲੀਏ, ਉੱਠ ਚਲੀਏ, ਹੁਣ ਇਹ ਮਾਲਿਸ਼ਤਾ ਹੈ। ਛਲ ਨਾਲ ਜਿਸ ਵੇਲੇ ਰਾਵਣ ਨੇ ਲੰਕਾ ਲਈ, ਤੋ ਪਾਰਵਤੀ ਜਾਣ ਲੱਗੀ ਤਾਂ ਜਾਂਦੀ ਹੋਈ ਸ਼ਰਾਪ ਦੇ ਗਈ, ਇਹ ਤੇਰੀ ਸੋਨੇ ਦੀ ਲੰਕਾ ਸਵਾਹ ਹੋ ਜਾਏ, ਇਹ ਜਿਹੜਾ ਤੂੰ ਸਾਡੇ ਨਾਲ ਛਲ ਕੀਤਾ, ਇਹ ਛਲ ਤੇਰਾ ਕਾਲ ਹੈ, ਔਰ ਮੇਰੇ ਹੀ ਕਾਰਨ ਸਬਬ ਬਣੇਗਾ ਤੇਰੀ ਮੌਤ ਦਾ। ਪਾਰਵਤੀ ਦੇ ਰੂਪ ਵਿੱਚ ਸੀਤਾ, ਰਾਮ ਜੀ ਦੇ ਰੂਪ ਵਿੱਚ ਸ਼ਿਵਜੀ ਭਗਵਾਨ, ਉਹ ਬਿਤ ਬਣੀ ਸਾਰੀ ਰਾਵਣ ਦੇ ਮਾਰਨ ਦੀ ਤੇ ਸੋਨੇ ਦੀ ਲੰਕਾ ਸੁਆਹ ਹੋਣੀ। ਇਸ ਵਾਸਤੇ ਆਖਿਆ ਛਲ ਕਪਟ ਨਾ ਕਰੋ, ਜੋ ਵਾਹਿਗੁਰੂ ਨੇ ਦੇਣਾ ਉਹ
ਉਹ ਤਾਂ ਦੇਣਾ ਹੀ ਹੈ। ਜੋ ਤੁਸੀਂ ਲੈਣਾ ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਜੋ ਕੁਛ ਲੈਣਾ ਹੀ ਉਹ ਛਲ ਕਪਟ ਨਾਲ ਨਾ ਲੈ, ਕਿਉਂ ਛਲ ਕਰਕੇ ਲਏਗਾ ਕੋਈ ਤੈਨੂੰ ਛਲਣ ਵਾਲਾ ਆ ਜਾਏਗਾ, ਕਿਸੇ ਨੂੰ ਤੂੰ ਕਪਟ ਕਰਕੇ ਛਲ ਕੇ ਲਵੇਗਾ ਕੋਈ ਤੈਨੂੰ ਛਲ ਕੇ ਕਪਟ ਕਰਕੇ ਤੈਥੋਂ ਖੋ ਕੇ ਲੈ ਜਾਏਗਾ, ਫਿਰ ਤੂੰ ਦੁਖੀ ਹੋਏਗਾ। ਜੇ ਸੁੱਖ ਲੈਣਾ ਹੀ ਤਾਂ ਛਲ ਕਪਟ ਤਿਆਗ ਲੈ। ਸਾਹਿਬ ਸਿੰਘ ਬੋਲੋ ਸ੍ਰੀ, ਕਿਉਂਕਿ ਅੰਤਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੇ। ਤੇ ਉਹ ਫਿਰ ਸਮਾਂ ਆ ਗਿਆ, ਵਿਧ ਬਣ ਗਈ। ਰਾਮ ਜੀ ਆ ਗਏ ਰਾਮ ਜੀ ਨੂੰ ਮਾਰਨ ਵਾਸਤੇ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰਾਮ ਜੀ ਨੇ ਇਹ ਬਲ ਕਿੱਥੋਂ ਲਿਆ? ਐਡਾ ਪ੍ਰਤਾਪੀ ਰਾਮ ਔਰ ਏਡਾ ਬਲੀ ਮਹਾਬਲੀ, ਤਾਂ ਮੇਰੇ ਸਾਹਿਬ ਕਲਗੀਧਰ ਪਾਤਸ਼ਾਹ ਆਖਦੇ ਨੇ ਤੈਥੋਂ ਹੀ ਬਲ ਰਾਮ ਲੈ, ਇਹ ਰਾਮ ਨੇ ਬਲ ਤੈਥੋਂ ਲਿਆ। ਸਭ ਕਿਸੇ ਨੇ ਤੈਥੋਂ ਬਲ ਪਾਇਆ ਹੈ, ਜਿੰਨਾ ਚਿਰ ਤੂੰ ਬਲ ਨਾ ਦੇਵੇਂ ਕੋਈ ਕੁਛ ਕਰ ਨਹੀਂ ਸਕਦਾ। ਪ੍ਰਥਮੇ ਖੰਡਾ ਸਾਜ ਕੇ ਸਭ ਤੋਂ ਪਹਿਲਾਂ ਬਣਾਈ ਤੂੰ ਮੌਤ, ਸੰਸਾਰ ਦੀ ਰਚਨਾ ਪਿੱਛੋਂ ਕੀਤੀ, ਪਹਿਲਾਂ ਖੰਡਾ ਸਾਜਿਆ, ਕਿਉਂਕਿ ਜਿਹੜੇ ਜੰਮਣੇ ਹਨ ਉਹਨਾਂ ਨੇ ਮਰਨਾ ਵੀ ਹੈ। ਇਹ ਤਾਂ ਚਾਰ ਦਿਨ ਦੀ ਜ਼ਿੰਦਗੀ ਹੈ, ਜਿਵੇਂ ਆਖਿਆ ਖੇਡਣ ਦੇ ਦਿਨ ਚਾਰ ਨੀ ਮਾਏ, ਇਹ ਮਾਏ ਚਾਰ ਦਿਨ ਖੇਡਣ ਦੇ ਹਨ। ਜਿਵੇਂ ਇਹ ਦਿਨ ਮੁੱਕ ਜਾਣੇ ਹਨ ਇਹਨਾਂ ਸਦਾ ਨਹੀਂ ਰਹਿਣਾ, ਇਸੇ ਤਰ੍ਹਾਂ ਜੋ ਕੋਈ ਸੰਸਾਰ ਵਿੱਚ ਆਇਆ ਉਹਨੇ ਸਦਾ ਰਹਿਣਾ ਨਹੀਂ, ਜਾਣ ਵਾਸਤੇ ਆਇਆ। ਪ੍ਰਥਮੇ ਖੰਡਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਪ੍ਰਥਮੇ ਖੰਡਾ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਤੈਨੂੰ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਕਾਇਆ, ਦਹਿ ਸਿਰ ਦਬ ਦਿਮਾਗ ਇਕੱਠੇ ਹੋਏ ਹੋ, ਕੀ ਕੁਛ ਨਾ ਕਰ ਸਕਣ। ਇਸੇ ਵਾਸਤੇ ਰਾਵਣ ਐਡਾ ਪ੍ਰਤਾਪੀ ਸੀ ਕਿ ਇੱਕ ਦਿਮਾਗ ਨਾਲ ਨਹੀਂ ਸੀ ਸੋਚਦਾ, ਦਸ ਦਿਮਾਗ ਸਨ ਇਸਦੇ। ਇੱਥੋਂ ਤੱਕ ਚਾਹੁੰਦਾ ਸੀ ਕਿ ਮੈਂ ਸਵਰਗ ਨੂੰ ਪੌੜੀਆਂ ਲਾਉਂਦੀ ਔਰ ਕੁੰਜੀ ਰੱਖਣੀ ਹੈ ਆਪਣੇ ਕੋਲ, ਜਿਸ ਤੇ ਮੇਰੀ ਖੁਸ਼ੀ ਹੋਵੇਗੀ ਉਹਨੂੰ ਬੂਹਾ ਖੁੱਲੇਗਾ, ਉਹ ਸਵਰਗ ਨੂੰ ਜਾ ਸਕੇਗਾ, ਮੇਰੇ ਟਿਕਟ ਬਿਨਾਂ ਕੋਈ ਸਵਰਗ ਨਾ ਜਾਏ। ਪਰ ਮਨ ਕੀ ਮਨ ਹੀ ਮਹਿਰ, ਮਨ ਦੀ ਮਨ ਵਿੱਚ ਰਹਿ ਗਈ, ਸਵਰਗ ਨੂੰ ਪੌੜੀਆਂ ਲਾਂਦਾ ਸੋਚਦਾ ਰਿਹਾ ਲਾਹ ਨਾ ਸਕਿਆ। ਕਾਲ ਪਾਵੇ ਨਾਲ ਬੱਧਾ ਸੀ, ਅੱਜ ਮਾਰਦਾ ਕੱਲ ਮਾਰਦਾ, ਅਖੀਰ ਕਾਲ ਨੇ ਰਾਮ ਨੂੰ ਮਾਰ ਲਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਦਰਗਾਹ ਨੂੰ ਪੌੜੀਆਂ ਬੰਨ ਦਿੱਤੀਆਂ, ਸਵਰਗ ਨੂੰ ਨਹੀਂ ਦਰਗਾਹ ਨੂੰ ਪੌੜੀਆਂ ਬੱਧੀਆਂ। ਤੇ ਫਿਰ ਚਾਬੀ ਆਪਣੇ ਕੋਲ ਨਹੀਂ ਰੱਖੀ, ਚਾਬੀ ਸੰਗਤ ਨੂੰ ਬਖਸ਼ ਦਿੱਤੀ, ਆਖਿਆ ਜਿਹੜਾ ਮਰਜ਼ੀ ਇਹ ਪੌੜੀਆਂ ਚੜ ਜਾਏ ਦਰਗਾਹ ਨੂੰ ਜਾਏ, ਕਿਉਂਕਿ ਆਪਣੇ ਵਿੱਚ ਕੋਈ ਸਵਾਰਥ ਨਹੀਂ, ਸੰਸਾਰ ਦਾ ਭਲਾ ਕਰਨ ਵਾਸਤੇ ਆਏ। ਜੋ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਹਨ ਉਹਨਾਂ ਦੀਆਂ ਅੱਜ ਯਾਦਗਾਰਾਂ ਕਾਇਮ ਹਨ ਔਰ ਉਹਨਾਂ ਨੂੰ ਕਿਵੇਂ ਮੱਥੇ ਚ ਛੂੰਦੇ ਹਨ, ਉਹਨਾਂ ਦਾ ਨਾਮ ਜਗਤ ਤੇ ਰੋਸ਼ਨ ਹੈ। ਔਰ ਜਿਹੜੇ ਐਡੇ ਬਲ ਵਾਲੇ ਐਡੇ ਪ੍ਰਤਾਪੀ ਵੀ ਸੰਸਾਰ ਤੇ ਆਏ, ਚਲੇ ਉਹ ਵੀ ਗਏ ਪਰ ਪਿੱਛੇ ਆਪਣਾ ਆਪ ਜਪ ਛੱਡ ਗਏ। ਬ੍ਰਾਹਮਣ ਜਾਣ ਕੇ ਤਾਂ ਹੁਣ ਵੀ ਰਾਵਣ ਦੇ ਪੁੱਤਰੇ ਨੂੰ ਪਹਿਲਾਂ ਮੱਥਾ ਟੇਕਣਾ ਵੀ ਬ੍ਰਾਹਮਣ ਹੈ, ਤੇ ਫਿਰ ਉਸ ਤੋਂ ਬਾਅਦ ਤੀਰਾਂ ਦੀ ਬੁਛਾਰ ਕਰਨੀ ਵੀ ਬ੍ਰਾਹਮਣਾ ਲੱਖ ਲਾਨਤ ਹੈ, ਐਡਾ ਪ੍ਰਤਾਪੀ ਤੇ ਐਡਾ ਸਿਆਣਾ ਹੋ ਕੇ ਕਰਮ ਕਿਹੜਾ ਕੀਤੇ, ਕਿੱਡਾ ਪ੍ਰਤਾਪ ਸੀ। ਚੰਨ ਸੂਰਜ ਜਾ ਕੇ ਤਪਤ ਰਸੋਈ, ਬੈ ਸੰਤਰ ਜਾ ਕੇ ਕੱਪੜੇ ਧੋਈ, ਕਿੱਡਾ ਪਰਿਵਾਰ ਸੀ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਅਖੀਰ ਰਾਵਣ ਗਰਦੀਆ ਨਵਰ, ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਵਾਸਤੇ ਆਖਿਆ ਕਹਿ ਕਬੀਰ ਇੱਕ ਗੁਣ ਵਿਚਾਰ, ਕੁਛ ਵਿਚਾਰ ਕਰ, ਵਾਹਿਗੁਰੂ ਦੇ ਗੁਣਾਂ ਦਾ ਵਿਚਾਰ ਕਰ,
किसी ऐसा ना हो तेरी मत से भी कदे कोई ऐसा पर्दा पै जाए और तू भी अपना सब कुछ सुहा कर पवे। तो राम जी ने तैसों बल लैके नाल बाणा दह सिर खाया, दह सिर बाणा दे नाल खाया मारिया। ते जिस वेले रावण पिया सी, राम जी कह रहे सन लक्ष्मण राजनीति मर रही है, दुनिया तो एक बड़ा विद्वान जा रहा है, या कोई समत लै ले। ते लक्ष्मण आया, बुला बुला थकिया, रावण नहीं बोलिया, परत के आ गया। जी वो तो बोलता ही नहीं, मैं बड़िया आवाजा दितिया, बड़िया गल्ला कीतिया, किसी एक गल का भी उत्तर नहीं मिलिया। राम जी ने पूछया किहड़े पासे जा खलोता सी, अखे जी सिर वल। कहन लगे ऐडा अपमानी है और तेन उत्तर नहीं सी दिता, क्योंकि तू उसके सिर वाले पासे खड़ो की उन्हें पूछ रहा सी, जे तू पूछना है तो उसके पैरों वल जाके खड़ो। मर्यादा भी यह है, जिस तू कुछ लेना होवे उसके चरणा वल। भगवान कृष्ण के कोल दोवें आए, दुर्योधन और अर्जुन। दुर्योधन से बह गया सराने पासे, अर्जुन आन के खड़ोता चरणा वल। आप जिस वेले जागे उठे तो पहली नजर अर्जुन से पई, अर्जुन आ किस तरह। दुर्योधन ने आखिया मैं भी बैठा, की चाहते हो? महाभारत होएगा, लड़ाई लगेगी, असी दोवें तेरी मदद वास्ते आए सर। फिर आपने वंडियां पा दीतियां, एक पासे मेरी सारी सेना, एक पासे मैं कल्ला, और वो भी शस्त्र नहीं फड़ांगा, हथियार नहीं चुकांगा, नेता रवांगा। मंगो भाई की मंगदे हो? दुर्योधन ने आखिया मैनू तो फौज दे दे फिर अपन। अर्जुन ने शुक्र किया, जिसे तू है उसे फौजा की लोड़ ही पड़ी। याम गुरु होए बल दने क्या गारव दिजे, और सचमुच ये भगवान कृष्ण न होंगे पांडवों वल तो पांडवों की जित न होंगी। कौन दसता भीम सैन नू कि दुर्योधन नू किथे गदा मारनी, किथे मारिया ये मर सकता, क्योंकि इसकी माता दिया अखा में शक्ति, सारी उम्र इसकी मां ने अखा की पट्टी बन के रखी, क्योंकि इसका पति अन्ना सी। जिस वेले व्याही आई सोचने लगी मेरा पति अन्न है, संसार नहीं देख सकता, तो मेरा की हक है संसार देखना। तो अपनी अख से गंदारी ने सदा पति बनी रखी। जिस वेले देखिया साड़ी हार हो रही है और भीमसेन ने प्रतिज्ञा की है कि मैं अपनी गदा दे नाल ये पट तोड़ांगा दुर्योधन दे, जिस पट दे उत्ते अख दा सी द्रौपदी नूं बिठाने नगन करके। मोह जाग पिया, मानू अपने पुत्र दा, दुर्योधन नूं आखिया सारे कपड़े उतार के एक बारी मेरे सामने आ खड़ो। भगवान कृष्ण ने सोचिया उठो, ये दुर्योधन चला गया और गंधारी की नजर हो गई इसके उत्ते तो यह पत्थर समान हो जाएगा, फिर मरेगा नहीं। ते तत्काल आ गए दुर्योधन नूं पुछण लगे किधर चलिया कि माता ने छड्या, कि सारे कपड़े उतार के मेरे सामने आन खड़ो। लगे मुर्खा शर्म नहीं आवे, मां दे सामने नगन होके खड़ोएगा? और कुछ नहीं था, केले का पत्ता ही लक नाल बन जाए। उन्हें आखिया आ अकल की गल की। भगवान कृष्ण चले गए तो उसने केला लक नाल बन लिया, केले का पत्ता। तो जिस वेले माता के सामने जा खड़ोता, मां मैं आ गया, उन्हें अखा तो पट्टी लाही जा वेख्या, आखिया है किते। मैं आखिया सी कपड़ा कोई ना होवे तेरे शरीर से, ते तू ये केले दा पत्ता क्यों बन के आया? मां तेरे सामने आउंदे शर्म आउंदी सी, तू वही है ना जिसनू मैं गोदी विच खिलाया, जिनू मैं अपना दुध पिलाया, और तू मेरे सामने मेरा वचन उलंघ गया और शर्म कर गए, तू अपनी मौत दे थां बना ले। कितने तेनू ये मत दिती? उन्हें आखिया कृष्ण ने आखिया ये सारे कर्तव्य उही कर रहा है, और जिस वेले गदा मारद है उन्हों लगती नहीं, अगों हसद है। भगवान कृष्ण आ गए, आपनी
ਨਦਰ ਨਾਲ ਭੀਮ ਸੈਨ ਨੂੰ ਦੱਸਿਆ ਕਿ ਇੱਥੇ ਮਹਾਰਿਤ ਨੂੰ ਆਹ ਥਾਂ ਕੱਚੀ ਹੈ। ਜਿਸ ਵੇਲੇ ਉੱਥੇ ਗਦਾ ਦੀ ਚੋਟ ਪਈ ਤੇ ਦੁਰਯੋਧਨ ਲੰਮਾ ਪੈ ਗਈ। ਭਗਵਾਨ ਕ੍ਰਿਸ਼ਨ ਨਾ ਹੁੰਦੇ ਤਾਂ ਪਾਂਡਵਾਂ ਦੀ ਜਿੱਤ ਨਾ ਹੁੰਦੀ। ਦਾਸ ਸਿੰਘ ਬੋਲੋ ਸ੍ਰੀ। ਮੈਂ ਇਹ ਵੇਖੀ, ਇਹ ਫਿਲਮ ਮੈਂ ਦੇਖੀ, ਪਰ ਜਿਸ ਵੇਲੇ ਭਗਵਾਨ ਆਉਂਦੇ ਸਨ ਤਾਂ ਮੇਰਾ ਰੋਣ ਨਿਕਲਦਾ। ਇਸ ਵਾਸਤੇ ਵੀ ਅਸੀਂ ਕਿੱਡੇ ਮੂਰਖ ਹਾਂ, ਕਦੇ ਕਿਸੇ ਨੂੰ ਆਪਣਾ ਸ਼੍ਰੋਮਣੀ ਨਹੀਂ ਖਾਧਿਆ, ਕਿਸੇ ਨੂੰ ਆਪਣੇ ਸਿਰ ਤੇ ਨਹੀਂ ਬਿਠਾਇਆ, ਕਦੀ ਕਿਸੇ ਦੇ ਇਸ਼ਾਰਿਆਂ ਤੇ ਚੱਲਣ ਦਾ ਖਿਆਲ ਹੀ ਨਹੀਂ ਆਇਆ। ਜੇ ਅੱਜ ਇਹ ਇਸ਼ਾਰਾ ਨਾ ਕਰਦੇ, ਸ਼੍ਰੋਮਣੀ ਨਾ ਹੁੰਦੇ, ਸਿਰ ਤੇ ਨਾ ਬਿਠਾਏ ਹੁੰਦੇ ਤਾਂ ਇਹਨਾਂ ਦੀ ਜਿੱਤ ਨਾ ਹੁੰਦੀ ਕਦੇ। ਹਰ ਬੰਦਾ ਸੰਸਾਰ ਵਿੱਚ ਜਿੱਤ ਪਾ ਕੇ ਜਾ ਸਕਦਾ ਜੇ ਸਿਰ ਤੇ ਕੋਈ ਸ਼੍ਰੋਮਣੀ ਹੋਵੇ। ਇਸੇ ਵਾਸਤੇ ਸਾਹਿਬ ਸਾਨੂੰ ਤਾਕੀਦ ਕਰਦੇ ਹਨ ਕਿ ਇਹ ਇਨਸਾਨ ਉਹ ਬੰਦੇ ਸੰਸਾਰ ਵਿੱਚ ਆਏ, ਤੇਰੀ ਆਪਣੀ ਮਤ ਕੁਛ ਨਹੀਂ, ਤੂੰ ਬਹੁਤ ਛੋਟਾ ਹੈ। ਮਹਾਂਪੁਰਖਾਂ ਦੀ ਸ਼ਰਨ ਲੈ, ਰੱਬ ਦੇ ਪਿਆਰੀਆਂ ਕੋਲ ਜਾ ਕੇ ਬੈਠਾ ਕਰ, ਉੱਥੋਂ ਤੈਨੂੰ ਕੋਈ ਮਤ ਆਵੇਗੀ, ਤੂੰ ਜਪੇਗਾ ਸ੍ਰੀਵਾਸ, ਔਰ ਤੇਰੇ ਉੱਤੇ ਨਜ਼ਰ ਰਹੇਗੀ ਨਜ਼ਰ, ਜਿਸ ਨੂੰ ਤੇਰੀ ਨਜ਼ਰ ਨਾ ਲੇਖਾ ਪੁੱਛੀ। ਇਹਨੇ ਜਿਸ ਵੇਲੇ ਆਪਦਾ ਆਉਂਦੀ ਹੈ, ਜੱਟ ਆ ਜਾਂਦੇ ਹਨ, ਆ ਕੇ ਮੁਸਕਰਾਉਂਦੇ ਹਨ, ਕਿਉਂਕਿ ਉਹ ਜਾਣਦੇ ਸਨ ਕਿ ਜੋ ਕੁਝ ਹੋਣਾ ਉਹੀ ਹੋ ਰਿਹਾ ਹੈ, ਔਰ ਜੋ ਕੁਛ ਮੈਂ ਚਾਹੁੰਦਾ ਉਹੀ ਹੋਣਾ। ਭਾਈ ਸਾਹਿਬ ਵੀ ਆਖ ਦਿਨ ਮਹਾਂਭਾਰਤ ਕਰਵਾਏ ਉਹਨੂੰ ਕਹਿਰੋ ਪਾਂਡਵ ਕਰ ਹੈਰਾਣੇ, ਵਿੱਚ ਹੋ ਕੇ ਮਹਾਂਭਾਰਤ ਕਰਵਾਇਆ। ਦਾਸ ਸਿੰਘ ਬੋਲੋ ਸ੍ਰੀ। ਵਿੱਚ ਹੋ ਕੇ ਤਾਂ ਕਰਵਾਇਆ, ਪਰ ਜਿਹੜੇ ਪਾਸੇ ਸਨ ਨਾ, ਜਿਸ ਉਸ ਪਾਸੇ ਵੀ ਹੋਏ ਤੇ ਉਸ ਪਾਸੇ ਹੋਏ ਕਿਉਂ? ਬਈ ਉਹਨਾਂ ਮੰਗਿਆ ਜੋ ਉਹਨਾਂ ਨੇ, ਉਹਨੇ ਸੈਨਾ ਮੰਗ ਲਈ, ਉਹਨੇ ਤੈਨੂੰ ਮੰਗ ਲਿਆ। ਇਹ ਨਾ ਸੋਚਿਆ ਵੀ ਤੂੰ ਨਿਰਥਾ ਹੈ, ਉਹਨੇ ਆਖਿਆ ਤੇ ਹੱਥਾਂ ਨਾਲ ਕਿਸ ਵਾਸਤੇ ਕੁਛ ਕਰਨਾ, ਤੇਰਾ ਪੁਰਨਾ ਹੀ ਕਾਫੀ ਹੈ, ਤੇਰੀ ਨਜ਼ਰ ਹੀ ਬੜੀ ਹੈ। ਦਾਸ ਸਿੰਘ ਬੋਲੋ ਸ੍ਰੀ। ਤੇ ਅਰਜੁਨ ਕਹਿੰਦਾ ਜੀ ਤੁਸੀਂ ਹੋਰ ਕੁਛ ਨਾ ਕਰਨਾ, ਤੁਸੀਂ ਮੇਰੇ ਰੱਥ ਤੇ ਮੇਰੇ ਅੱਗੇ ਬਹਿ ਜਾਣਾ ਘੋੜੇ ਦੀਆਂ ਲਗਾਮਾਂ ਫੜ ਕੇ। ਤੇ ਭਗਵਾਨ ਕਹਿੰਦੇ ਨੇ ਠੀਕ ਹੈ, ਮੈਨੂੰ ਆਪਣੇ ਅੱਗੇ ਰੱਖਣਾ ਚਾਹੁੰਦਾ ਨਾ, ਬਈ ਜੇ ਤੀਰ ਆਵੇ ਤਾਂ ਮੈਨੂੰ ਵੱਜੇ ਤੈਨੂੰ ਨਾ ਲੱਗੇ। ਉਹਨੇ ਆਖਿਆ ਠੀਕ ਹੈ, ਮੈਂ ਸਮਝਦਾ ਕੋਈ ਵੀ ਤੀਰ ਤੈਨੂੰ ਨਹੀਂ ਵਿਰ ਸਕਦਾ, ਇਸ ਵਾਸਤੇ ਮੈਂ ਤੇਰੀ ਓਟ ਵਿੱਚ ਰਹਿਣਾ, ਤੇਰਾ ਆਸਰਾ ਸੱਕੇ ਰਹਿਣਾ। ਦਾਸ ਸਿੰਘ ਬੋਲੋ ਸ੍ਰੀ। ਅਸੀਂ ਜੇ ਗੁਰੂ ਦੀ ਓਟ ਵਿੱਚ ਰਹਾਂਗੇ ਤਾਂ ਦਾਤੀ ਵਾਓ ਨਾ ਲੱਗ ਗਈ, ਬਾਹਰ ਬ੍ਰਹਮ ਸ਼ਰਨ ਆਈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਆਈ। ਸਾਡੇ ਕੋਲ ਵੀ ਭਗਵਾਨ ਕ੍ਰਿਸ਼ਨ ਹਨ, ਸਾਡੇ ਕੋਲ ਰਾਮ ਜੀ ਹਨ, ਸਾਡੇ ਕੋਲ ਗੁਰੂ ਨਾਨਕ ਹੈ, ਪਰ ਕਿਸ ਰੂਪ ਵਿੱਚ? ਸ੍ਰੀ ਵਾਹਿਗੁਰੂ ਜਿਹੜਾ ਅਸੀਂ ਜਪਦੇ ਹਾਂ। ਇਹ ਜਪਣਾ ਸਾਡੇ ਪਾਸ ਸਲਾਮਤ ਰਹੇ ਤਾਂ ਸਾਡੇ ਕੋਲ ਨਿਰੰਕਾਰ ਦੀਆਂ ਕੁੱਲ ਸ਼ਕਤੀਆਂ ਸਾਡੇ ਅੱਗੇ ਪਿੱਛੇ ਸਾਡੀ ਰੱਖਿਆ ਵਾਸਤੇ ਹਰ ਵੇਲੇ ਤਤਪਰ ਹਨ, ਪਰ ਜਿਸ ਵੇਲੇ ਸਾਨੂੰ ਭੁੱਲ ਜਾਏਗਾ ਉਸ ਵੇਲੇ ਅਸੀਂ ਯਤੀਮ ਹੋ ਜਾਵਾਂਗੇ, ਉਸ ਵੇਲੇ ਅਸੀਂ ਰੁੱਲ ਜਾਵਾਂਗੇ, ਉਸ ਵੇਲੇ ਅਸੀਂ ਕੱਖਾਂ ਤੋਂ ਹੌਲੇ ਹੋ ਜਾਵਾਂਗੇ। ਇਸ ਵਾਸਤੇ ਬਈ ਜਪਿਆ ਕਰੋ, ਜਪਿਆ ਕਰੋ, ਜਪਿਆ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਜਪਣ ਨਾਲ ਕਨੈਕਸ਼ਨ ਜੁੜਦਾ, ਕਨੈਕਸ਼ਨ ਮਿਲਦਾ। ਪਰਸੋਂ ਹੀ ਕਿਸੇ ਫੌਜੀ ਨੇ ਜਾਣਾ ਸੀ ਆਪਣੀ ਡਿਊਟੀ ਤੇ, ਉਸਦੇ ਮਾਤਾ ਪਿਤਾ ਸੱਸ ਸਹੁਰਾ ਪਰਿਵਾਰ ਸਾਰਾ ਲੈ ਕੇ ਇੱਥੇ ਆਏ, ਜੀ ਹੁਣ ਜਾ ਰਹੇ ਹੈ। ਅਮਨ ਕਹਿਣ ਵਿੱਚ ਤਾਂ ਕਦੇ ਖਿਆਲ ਹੀ ਨਹੀਂ ਨਾ ਆਇਆ, ਤੇ ਅੱਜ ਕੱਲ੍ਹ ਤੇ ਜਾਂਦੇ ਹਾਂ ਪਤਾ ਨਹੀਂ ਕੱਲ੍ਹ ਕੀ ਬਹਾਨਾ ਵਰਤੇਗਾ। ਇਸ ਵਾਸਤੇ ਸੌਂਕਲੇ ਸੁਪਨਾ ਮਨਾਂ ਅੰਦਰ ਹੁੰਦੇ ਸੀ, ਕੋਈ ਨਾ ਕੋਈ ਓਟ ਆਸਰਾ ਪਾਲਦੇ ਨੇ, ਇੱਥੇ ਆਏ ਕੋਈ ਵਚਨ ਕਰੋ, ਵੀ ਵਚਨ ਇੱਕ ਹੈ, ਆਪਣਾ ਕਨੈਕਸ਼ਨ ਉਹਦੇ ਨਾਲ ਜੋੜੀ ਰੱਖੋ, ਕਿਉਂਕਿ ਜੇ ਉਹਨੂੰ ਸਿਮਰਦੇ ਰਹੋਗੇ ਤਾਂ ਉਸਦਾ ਮੁੱਖ ਤੁਹਾਡੇ ਵੱਲ ਹੈ, ਉਹਦੀ ਨਜ਼ਰ ਤੁਹਾਡੇ ਵੱਲ ਹੈ, ਔਰ ਜੇ ਉਸਦੀ ਨਜ਼ਰ ਤੁਹਾਡੇ ਵੱਲ ਹੈ ਤਾਂ ਕੋਈ ਕੋਈ ਤੁਹਾਨੂੰ ਸੇਕ ਨਹੀਂ ਲੱਗ ਸਕਦਾ, ਕੋਈ ਦੁੱਖ ਨਹੀਂ ਦੇ ਸਕਦਾ, ਸਦਾ ਸੁਖੀ ਔਰ ਵਿਜਯੀ ਰਹੋਗੇ ਜੇ ਉਸਦੀ ਨਜ਼ਰ ਥੱਲੇ ਰਹੋਗੇ। ਉਹਦੀ ਨਜ਼ਰ ਹੈ ਜਪਣ ਵਾਲਿਆਂ ਤੇ ਜਪਣਾ ਉਸ ਨਾਲ ਕਨੈਕਸ਼ਨ ਜੋੜਨਾ। ਮੈਂ ਆਖਿਆ ਇੱਕ ਮਾਮੂਲੀ ਤਾਰ ਹੈ ਫਿਊਜ਼ ਦੀ, ਤੇ ਜੇ ਇਹ ਉੱਡ ਜਾਏ ਨਾ ਤੇ ਸਭ ਕੁਝ ਮੌਜੂਦ ਹੈ ਪਰ ਅੰਧੇਰਾ ਕੋਲ, ਤੇ ਜੇ ਉਹ ਤਾਰ ਫਿਰ ਲਗਾ ਦੇਈਏ ਇੰਨੀ ਕੁ ਤਾਰ
ਤੇ ਸਾਰਾ ਜਗਮਗ ਹੋ ਗਿਆ ਕਮਰਾ, ਉਹ ਕਨੈਕਸ਼ਨ ਹੈ। ਜੇ ਜੁੜ ਜਾਏ ਤਾਂ ਪ੍ਰਕਾਸ਼ ਹੈ, ਜੇ ਉੜ ਜਾਏ ਤਾਂ ਹਨੇਰਾ ਹੈ। ਸਤਿਗੁਰ ਬੋਲੋ ਸ੍ਰੀ। ਉਸ ਕਨੈਕਸ਼ਨ ਨੂੰ ਜੋੜ ਨਹੀਂ ਰੱਖਣਾ, ਸੁਰਤ ਉੱਥੇ ਲਾਈ ਰੱਖਣੀ, ਉਹਦੇ ਨਾਲ ਸੰਬੰਧ ਰਵੇ। ਪਾਣੀ ਜਿਸ ਵੇਲੇ ਸੰਬੰਧ ਰੱਖਦਾ ਹੈ ਨਾ, ਤੇ ਵਗਦਾ ਰਹਿੰਦਾ, ਤੇ ਚਲਦੇ ਪਾਣੀ ਵਿੱਚ ਕਦੇ ਮੈਲ ਨਹੀਂ ਖੜਦਾ, ਤੇ ਸਦਾ ਨਿਰਮਲ ਰਹਿੰਦਾ। ਔਰ ਜਿਸ ਵੇਲੇ ਪਾਣੀ ਦਾ ਪਿੱਛੋਂ ਕਨੈਕਸ਼ਨ ਟੁੱਟ ਜਾਏ, ਪਾਣੀ ਦਾ ਚਲਣਾ ਮੁੱਕ ਜਾਏ, ਤਾਂ ਇਹ ਪਾਣੀ ਜਿੱਥੇ ਹੈ ਉੱਥੇ ਡੱਕ ਜਾਂਦਾ, ਗੰਦਾ ਹੋ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਵਿੱਚ ਕੀੜੇ ਪੈ ਜਾਂਦੇ ਹਨ। ਸਾਡੀ ਸੁਰਤ ਦਾ ਕਨੈਕਸ਼ਨ ਉਹਦੇ ਨਾਲ ਬਣਿਆ ਰਹੇ, ਔਰ ਤਾਂ ਹੀ ਜੇ ਸਾਨੂੰ ਚਿੱਤ ਰਹੇ ਸ੍ਰੀ ਵਾਹ, ਕਿਉਂਕਿ ਬਲ ਲੈਣ ਦਾ ਇਹੀ ਤਰੀਕਾ ਹੈ। ਜਿਹੜਾ ਬਲ ਰਾਮ ਜੀ ਨੇ ਲਿਆ, ਜਿਹੜਾ ਬਲ ਭਗਵਾਨ ਕ੍ਰਿਸ਼ਨ ਨੇ ਲਿਆ, ਜਿਹੜਾ ਬਲ ਸੈਤੋਂ ਦੁਰਗਾ ਦੇਵੀ ਨੇ ਲਿਆ, ਔਰ ਜੋ ਕੁਝ ਤੇਰੇ ਬਲ ਨਾਲ ਸੰਸਾਰ ਵਿੱਚ ਆ ਕੇ ਕੀਤਾ, ਅੱਜ ਲੋਕ ਉਹ ਗੀਤ ਗਾ ਰਹੇ ਹਨ, ਅੱਜ ਲੋਕ ਪੁਰਬ ਮਨਾ ਰਹੇ ਹਨ। ਪਰ ਕਿਸ ਦਾ? ਆਖਣ ਨੂੰ ਤਾਂ ਪੁਰਬ ਰਾਮ ਜੀ ਦਾ ਹੈ, ਪਰ ਅੱਖਾਂ ਵਾਲੇ ਜਾਣਦੇ ਹਨ ਨਹੀਂ, ਉਸ ਬਲ ਦਾ ਹੈ ਜਿਹੜਾ ਬਲ ਸੈਤੋਂ ਰਾਮ ਨੇ ਲਿਆ ਸੀ। ਸਾਹਿਬ ਆਖਦੇ ਨੇ ਸੈਤੋਂ ਹੀ ਬਲ ਰਾਮ ਲੈ, ਨਾਲ ਬਾਣਾ ਲੈ ਸਿਰ ਕਾਇਆ, ਤੈਤੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਪਠਾਇਆ, ਕਿਨਹੀਂ ਤੇਰਾ ਅੰਤ ਨਾ ਪਾਇਆ। ਤੂੰ ਬੇਅੰਤ ਹੈ, ਤੇਰਾ ਕਿਸੇ ਅੰਤ ਨਹੀਂ ਪਾਇਆ। ਲੋੜ ਅਨੁਸਾਰ ਜਿਤਨੀ ਜਿਸ ਨੂੰ ਲੋੜ ਹੁੰਦੀ ਹੈ, ਜਿਤਨਾ ਕੋਈ ਤੇਰੇ ਕੋਲੋਂ ਬਲ ਮੰਗਦਾ ਤੂੰ ਦੇ ਦਿੰਦੇ। ਆਹ ਅਸੀਂ ਵੀ ਬਲ ਮੰਗੀਏ ਕਿ ਸਾਨੂੰ ਕਾਲ ਨਾ ਵਿਆਪੇ, ਅਸੀਂ ਵੀ ਬਲ ਮੰਗੀਏ ਕਿ ਅਸੀਂ ਕਿਸੇ ਵੀ ਦੁੱਖ ਤਕਲੀਫ ਵਿੱਚ ਘਬਰਾ ਨਾ ਜਾਈਏ। ਐਸਾ ਬਲ ਹੋਵੇ ਅੰਦਰ, ਔਰ ਇਹ ਜਾਣਨ ਹੋਵੇ ਕਿ ਸੰਸਾਰ ਤਾਂ ਸੁਪਨਾ ਹੈ, ਚਲਾ ਜਾਣਾ ਹੈ, ਔਰ ਜੋ ਕੁਝ ਵਰਤ ਰਿਹਾ ਇਹ ਸਭ ਤੇਰੀ ਆਪਣੀ ਖੇਡ ਹੈ। ਕਿਸੇ ਖੇਡਣ ਵਾਲਾ ਤੂੰ ਤੇਰੀ ਖੇਡ ਨੂੰ ਵੇਖੇ ਖੁਸ਼ ਹੋਈਏ ਕਿ ਘਬਰਾਈਏ, ਪਰ ਇਹ ਜਿਤਨਾ ਜਿਸ ਅੰਦਰ ਬਲ ਹੈ, ਜਿਸ ਅੰਦਰ ਬਲ ਨਹੀਂ ਉਹ ਤਾਂ ਲੰਮਾ ਪਿਆ। ਅਕਾਲੀ ਕੋਈ ਆਇਆ ਸੀ ਕੀ ਇਹੀ ਬੜੀ ਘਬਰਾਹਟ ਹੈ? ਅੱਜ ਜਿਸ ਵੇਲੇ ਜਾ ਕੇ ਘੁੱਗੂ ਵੱਜਣਾ ਸ਼ੁਰੂ ਹੋਇਆ ਨਾ, ਉਸ ਦਿਨ ਤੋਂ ਹੀ ਕੁਝ ਹੋ ਗਿਆ, ਕੁਝ ਤਾਂ ਹੋ ਹੀ ਨਹੀਂ ਸਕਿਆ। ਉਹੀ ਕੁਝ ਹੋਣੇ ਜੋ ਉਸਨੇ ਕਰਨੇ, ਸੋ ਹੀ ਹੋਵੇ ਜੇ ਕਰਤੇ ਪਾਵੇ, ਜੋ ਕਰਤੇ ਪੁਰਖ ਨੂੰ ਪਾਉਂਦਾ ਉਹੀ ਹੁੰਦਾ। ਇੱਕ ਪੱਤਾ ਵੀ ਤਾਂ ਉਸਦੇ ਹੁਕਮ ਬਿਨਾਂ ਝੁੱਲ ਨਹੀਂ ਸਕਦਾ, ਜਿਵੇਂ ਆਖਿਆ ਹੁਕਮ ਬਿਨਾਂ ਝੂਲੇ ਨਹੀਂ ਪਾਤਾ। ਇੱਕ ਮਹਾਤਮਾ ਨੇ ਦਰਸ ਕੀਤਾ, ਹੁਕਮ ਬਿਨਾਂ ਝੂਲੇ ਨਹੀਂ ਪਾਤਾ। ਆਖੇ ਜਿਹੜਾ ਹੁਕਮ ਨਹੀਂ ਨਾ ਮੰਨਦਾ ਉਹ ਝੂਲਿਆਂ ਵਿੱਚ ਨਹੀਂ ਪੈਂਦਾ, ਝੁੱਲਦਾ ਨਹੀਂ, ਝੂਟੇ ਨਹੀਂ ਲੈਂਦਾ। ਮੈਨੂੰ ਪੁੱਛਣ ਲੱਗੇ, ਇਹਦਾ ਅਰਥ ਸੁਣ ਕੇ ਆਏ ਹਾਂ ਔਰ ਬੜਾ ਨਵਾਂ ਜਿਹਾ, ਮੇਰਾ ਬੜਾ ਹੈਰਾਨ ਹੋਇਆ। ਪੁੱਛਣ ਲੱਗੇ ਜੀ ਇਹਦਾ ਅਰਥ ਹੈ ਕੀ? ਮੈਨੂੰ ਤਾਂ ਸਮਝ ਨਹੀਂ ਆਈ ਹੈ। ਤੂੰ ਆਪਣੀ ਬਾਣੀ ਦੇ ਅਰਥਾਂ ਨੂੰ ਗੁਰੂ ਆਪ ਜਾਣ। ਸਾਡੇ ਵਾਸਤੇ ਅਰਥ ਉਹੀ ਹੈ ਜੋ ਸਾਨੂੰ ਸੁੱਖ ਦੇਵੇ, ਸਾਨੂੰ ਜਾਣਨ ਦੇਵੇ, ਸਾਡਾ ਗਿਆਨ ਵਧਾਏ, ਸਾਨੂੰ ਸਮਝ ਆਏ ਔਰ ਅਸੀਂ ਨਿਰਭੈ ਹੋਈਏ। ਹੁਕਮ ਬਿਨਾਂ ਝੂਲੇ ਨਹੀਂ ਪਾਤਾ, ਇਹ ਜਿਤਨੇ ਪੱਤੇ ਝੁੱਲਦੇ ਹਨ ਸਭ ਤੇਰੇ ਹੁਕਮ ਨਾਲ ਝੁੱਲਦੇ ਹਨ। ਪਰ ਪੱਤਾ ਕੋਈ ਤੈਥੋਂ ਹੁਕਮ ਤਾਂ ਨਹੀਂ ਮੰਗਦਾ, ਮੈਂ ਝੁੱਲਾਂ ਕਿ ਨਾ ਝੁੱਲਾਂ? ਔਰ ਪੁੱਛਣਾ ਵੀ ਲੱਗ ਨਹੀਂ ਬੈਠਾ ਵੀ ਹਰ ਇੱਕ ਪੱਤੇ ਨੂੰ ਉੱਚੇ ਕਿਆ ਹੁਕਮ ਆਣ ਕੇ ਦਿੰਦਾ ਵੀ ਤੂੰ ਝੁੱਲ, ਹੁਣ ਤੂੰ ਝੁੱਲ? ਇਸ ਤਰ੍ਹਾਂ ਨਹੀਂ। ਪੱਤੇ ਜਿਸ ਵੇਲੇ ਹਵਾ ਚੱਲਦੀ ਹੈ ਝੁੱਲਦੇ ਹਨ, ਇਹ ਉਹਨਾਂ ਦਾ ਧਰਮ ਹੈ ਝੁੱਲਣਾ। ਹਵਾ ਕੇ ਕੋਈ ਪੱਤਾ ਇਨਕਾਰੀ ਨਹੀਂ ਹੋ ਸਕਦਾ, ਜਿਸ ਵੇਲੇ ਹਵਾ ਚੱਲੀ ਤੇ ਪੱਤੇ ਝੁੱਲੇ। ਪਰ ਜਿਸ ਨੂੰ ਤੂੰ ਹੁਕਮ ਦੇ ਦੇਣੇ ਬਈ ਤੈਂ ਨਹੀਂ ਝੁੱਲਣਾ, ਉਹ ਫਿਰ ਨਹੀਂ ਝੁੱਲ ਸਕਦਾ, ਬਾਵੇਂ ਕਿਹਦੇ ਚੱਕਰ ਪੈ ਝੁੱਲਣ। ਇਸ ਤਰ੍ਹਾਂ ਸੜਕ ਪਈ ਵਗਦੀ ਹੈ, ਕਿਸੇ ਨੂੰ ਕੋਈ ਮਨਾ ਹੀ ਨਹੀਂ, ਕੋਈ ਆਵੇ ਜਾਵੇ। ਪਰ ਜਿਸ ਵੇਲੇ ਬੰਦ ਕਰ ਦੇਣ ਬਈ ਸੜਕ ਤੇ ਕੋਈ ਨਾ ਲੰਘੇ, ਤਾਂ ਫਿਰ ਇਸ ਹੁਕਮ ਮੁਤਾਬਿਕ ਉਹ ਸੜਕ ਤੋਂ ਕੋਈ ਨਹੀਂ ਲੰਘ ਸਕਦਾ। ਸਤਿਗੁਰ ਬੋਲੋ ਸ੍ਰੀ। ਹੁਕਮ ਬਿਨਾਂ ਝੂਲੇ ਨਹੀਂ ਪਾਤਾ, ਇੱਕ ਪੱਤਾ ਵੀ ਤੇਰੇ ਹੁਕਮ ਵਿੱਚ ਜਿਸ ਵੇਲੇ ਤੂੰ ਹੁਕਮ ਦੇਣਾ ਨਹੀਂ ਝੁੱਲਦਾ। ਮੈਂ ਤਾਂ ਜੀਵ ਹਾਂ, ਮੈਂ ਤਾਂ ਜਿਉਂਦਾ ਜਾਗਦਾ, ਮੈਨੂੰ ਤਾਂ ਭਲੇ ਬੁਰੇ ਦੀ ਤਾਮੀਦ ਹੈ, ਮੈਂ ਕਿਉਂ ਤੇਰਾ ਹੁਕਮ ਉਲੰਘਾਂ, ਤੇਰੇ ਹੁਕਮ ਦੀ ਅਦੂਜੀ ਕਰਾਂ? ਕਿਉਂਕਿ ਮੈਨੂੰ ਜਾਣਨਾ ਹੈ ਕਿ ਤੇਰਾ ਹੁਕਮ ਮੰਨਣ ਵਿੱਚ ਹੀ ਮੇਰੀ ਕਲਿਆਣ ਹੈ, ਤੇਰਾ ਹੁਕਮ ਮੰਨਣ ਵਿੱਚ ਹੀ ਮੇਰਾ ਭਲਾ ਹੈ। ਜਿਸਨੇ ਤੇਰਾ ਹੁਕਮ ਮੰਨਿਆ ਉਸਦਾ ਕਿਤਨਾ ਕਿਤਨਾ ਭਲਾ ਹੋਇਆ। ਹੁਕਮ ਮੰਨਣ ਵਾਲਾ ਮਸ਼ਕ ਮੋਢੇ ਤੇ ਸਿੱਖ ਦਸਮੇਤ ਜੀਦਾ, ਬਿਨਾਂ ਵਿਚਰੇ ਪਾਣੀ ਪਿਲਾਈ ਜਾਂਦਾ, ਤੜਪ ਤੜਪ ਕੇ ਜਿਨ੍ਹਾਂ ਦੀ ਜਾਨ ਨਿਕਲੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦਾ। ਕਿਸੇ ਨੇ ਸ਼ਿਕਾਇਤ ਕੀਤੀ ਜੋ ਇਸ ਖੇਡ ਨੂੰ ਨਹੀਂ ਸੀ ਜਾਣਦਾ,
सच्चे बात का जरा ख्याल है, गरीब नवाज जरा ख्याल करना। दासी को बेनती है, हाँ भाई सिखा कहो जी, मैं मोर्चे तो आ रही। अच्छा भाई कोई सुना खबर? ये खबर ही लेके आया जिस सिख ने तुम पानी की सेवा से लाया थी ना, मुश्किल सी थी पानी पिलाया कर। अखे हाँ उसी ने खबर ले आया, वो बंदा साडा नहीं। किसे आखिया जाए दसमेत जी को सचे पातशाह जरा ख्याल जे, मोया वैरिया ताई जीवाण वाला वैरी विच बुकल तुसा पा लिया जे। वेखो उन्होंने मारू ठाई जाता मार जिन्होंने असा ने डा लिया जे। लियावे वैरिया ताई फिर होश अंदर, इन्हें अपना होश फुड़ा लिया जे। साहब ने आखिया अच्छा सद भाई। इस वे भाई कन्हैया जी आए, मेरे साहब ने सकिया अंदरों तो सब कुछ जान दे सन, पर बारों समझाना सी होर कनिया भी ते बख्शिशा भी देनी सन। गुरा कया कन्हैया जी गल की है, तू अपना भी गाना भी भुल गया है। लगा कहन अगों तेरी शरण आके, मैं ते पेट हकीकत दा खुल गया जी। मैं तेरी शरण आया, तेरी संगत विच आया, बादशाह तेरी नजर सवली हुई है और मेरे अंदर दीवा जाग पे चानन हो गया। हूं मैं अंधेरे विच नहीं, मैं ठोकरा नहीं खा रहा, खा रहा मैं गरीब नवा चानन चानन जा रहा हाँ, और उसे ही रस्ते जा रहा जेड़ा रस्ता सुखदाई है और जिस रस्ते वास्ते तू संसार विच मैनू लिआंदा है। किसे बंदे नूं पता लगदा है कि मैं संसार विच क्यों आया, तू कौन है, किस वास्ते दुनिया आया है, कोई पता है? बस आ पता जिन्हों लग गया आया सफलता हूं तो गिन जा सरसन जस हर हर बनिए। जिन्हों पता लग गया उन्हें समझ लिया मेरा सफल जन्म ताई है, जे मैं संसार विच आया और रसना नाल जपदा रहा श्री आए बसे साधु के संगे। जे आ गया संसार विच हुण साधु दे संग वस, साधु दे कोल बैठ, आए बसे साधु के संगे। क्यों अन दिन नाम प्यावे रंगे, अन दिन दिन रात सुबह शाम साई दे प्यार रंग विच जपना श्रीवा। तो आखिया एक है आमन फिर जोन न आया, वो एक बारी संसार विच आया दोबारा हम मुड़ के नहीं आएगा। एक है आमन फिर जोन न आया, नानक हर कै दर्द समाया, वाहिगुरु के दर विच जा समाया है, उथे पहुंच गया जिसे मुड़ के कोई आ नहीं सकता। वो मुक्त हो गया, वो लीन हो गया, कद रूप हो गया। सतगुरु बोलो श्री वाह। सच्चे पातशाह मेरे से हकीकत का भेद खुल गया है, इस वास्ते मैं पानी पिला रही हूं। वो भाई कन्हैया आ सिख शिकायत कर रहा है कि तू पानी पिलाने तुरका नू भी सिखा नू भी दुश्मनों भी अपने भी बेगानियों भी कि तू भुल गया तेरी ड्यूटी की है, तेन किस वास्ते मशवरती सी पानी पिलाया कर, ते तू सुने हर एक पिलाई जाने जी गरीब नवाज सिख नू भी जी पातशाह ते दुश्मन नू भी। वो गरीब नवाज दुश्मन है कौन संसार है, मैं जिथे पानी पिलांदा हां जिथे मशक दा मुंह खोल के पानी पांदा हां, गरीब नवाज मैनू तां उत्थे इंज दिसदा जिवे तू अपना बुक अपने मुंह नाल लगाई बैठा, मैं तां तैनू पानी पिलांदा। मैं तां कदे ना कोई सिख वेखिया ना हिंदू वेखिया ना मुसलमान वेखिया, गरीब नवाज बस मैं जिथे पानी पिलाया उत्थे तेरा मुख दिसिया। ए मुख, ए मुख उसदियां अखां विच वसिया होया, अख दे उत्ते जेड़े रंग दी एनक ला लो गे सब दुनिया रंगी गई। लाल शीशा अख ते रख लो, जेड़ी शह नू वेखोगे लाल ही दिसे, ते जे काली एनक ला ले गया तो सब कुछ काला स्याह हो गया। इसे तरह अखां विच जे तेरा प्यार वस गया तो जित वल वेखा तू ही तू, जिवे ताने पेटे इको रू। सतगुरु बोलो श्री जिधर देखता हूं उधर तू ही तू है, कि हर शहर जलवा तेरा तू बसू है। मेरी बनवाज मैं तो तैनू पानी पिलाया और किसे नू नहीं। अच्छा उठे गल नाल लाया मुठ मिटी हुई थी, आखिया चोटी कर हस गुरु जी बोले बहादरा वही इसे अमल दे नाल समझा दिया कर। एक जमात पढ़ ली हूं, दूजी जमात की किताब लै लू, बख्शिश की थी,
सतगुरु जी बोले बहादरा वे ऐसे अमल दे नाल समझा दिया कर, दबी हाथ दे के छाती नाल लाया कि आ खट्टा ते मलम भी ला दिया गया। किसे प्यासियां नू पानी पिलाने ना उसे जख्मिया दे जख्मा से आ मलम भी ला दी कर, खट्टा ते मलम लाई कर। भाई करिया तेरे इथों जिन्हां दे जख्मा ते मलम लगेगी और जख्म जख्म न रहे। सतगुरु जी बोलो श्री तो जिन्हों की यह दृष्टि आई है जिन्हों साई ने यह नजर बख्शी है यह उन्होंने जिक्र है कि सतयुग तय माने छले बल बावन पायो जिन्हों के अंदर दूई नहीं द्वैत नहीं कुछ नहीं। त्रेता तय माणियो राम रघुवंश कहायो असी सिख हां पर अज दशहरा है राम जी की यादगार है और असी बैठे मना रहे हैं। इस वास्ते सिख अंदर दो ही है, सिख अंदर द्वैत नहीं। सिख सबना सत्कार है सबना प्यार है पर हां सिख न जिथे अपना गुरु है अपने गुरु के कोल बैठिया जहां भी दिस पवे सबना मत्था टेकना। तो बाणी में क्योंकि सारे बैठे हैं इस वास्ते जब असि मत्था टेकते हैं गुरु ग्रंथ साहब रविदास भी मत्था टेकने कबीर भी मत्था टेकते हैं जिलाया है वह चमार है पर सदके तेरे नाम दे जिन्हों तू निवाजी अपनी बुकल विच लीता है साडे पातशाह सतगुरु वालों श्री सतयुग तय माण्यो छलियो बल बामन पायो त्रेता तय माण्यो राम रघुवंश कहायो द्वापुर कृष्ण मुरार कंस सिर तारत कियो उग्र सैन को राज अभय भगता जन दियो कल युग प्रमाण। हुण कल युग प्रतख नु प्रमाण नहीं मिसाल ती दी है जिस वेले कोई शह अखा तो ओले हो जे चीज कोल पई है तो फिर मिसाल देने की की लोड़ है। कोई आखे खंड मिठी है भी किवें मिठी है अगे जिवें गुड़ हुंदा है जिवें मिश्री हुंदी है जिवें माखी हुंदा है पर जे खंड तेरे कोल पई है तो चुटकी भर के दे और खंड ऐं हुंदी है खा के दे। तो आखे है कलयुग प्रमाण समा कलयुग दा है प्रत्यक्ष प्रमाण है नानक अंगद गुर अमर कहायो श्री गुरु राज अब चल अटल आद पुरख फरमायो। ये अटल राज है गुरु नानक का क्योंकि कलयुग तो बाद परलो होनी कलयुग तो बाद सतयुग नहीं होनी कलयुग तो बाद परलो हो जाती है परला के बाद फिर कितनिया युगों के पिछों छत्ती युग निरंकार धुंधुकार विच रह के ते पिछों जगत आ गया छत्ती युग की ओ दोबारा छत्ती छत्ती युग समाधि लाई ते फेर जिस वेले अख खुली ते कीता पसाओ एको कवाओ तिसते होए लख दरिया फिर रचना रखी संसार दी इसे तरह फिर इस रचना दे विच सतयुग त्रेता द्वापुर कलयुग ते फेर सतयुग पर परलै दे बाद इस वास्ते समा कलयुग दा है। इस तो बाद ना युग बदलना है ते ना गुरु बदलना ताई आखिया है अटल ये अटल राज है गुरु नानक का चार सख्त का मालिक गुरु ग्रंथ साहब सच्चा पातशाह है जो गुरु ग्रंथ साहब की शरण आ गया समझो उसने राम नू मना लिया कृष्ण नू भी नाल पूज लिया कुल दुनिया के महापुरुष से महा आत्मा की उसने छाया लै ली सपना तो उन्होंने प्रसाद लै लिया जिसने गुरु ग्रंथ साहब नू आण के मत्था टेक क्योंकि समा कल कलयुग तारे आ गुरुदेव समय के मालिक धन गुरु नानक पातशाह अमृत वेले उठो साधी गुरु नानक नाल बाने आवे बाबा जी आंदे सन गुरु नानक नाल सिख भी बाने आवे फिर केड़ा जप से केड़ा तप बाकी रह गया ओके जप से के तप कोई जल दारा करदा कोई सोनिया तपदा बाबा जी आंदे सन मैं कहना गल सकिंट दी है तो सकिंट दी केड़ी गल है अके तू एक बारी गुरु नानक दे चरणा नू चट के कह दे मैं तेरा सतगुरु बोलो श्री अज दशहरा है दस हीरा दस सिर सन जिस दे वो सारे अज राम जी ने हर ले ते बाणा की सहजा से फुला दिता है और ये दस दिता है कि भावे कोई किड्डा कुलीन होवे उची कुल दा होवे किड्डा प्रतापी होवे कितना कुछ क्यों ना होवे जे गलत कदम उठाएगा तो इं मारिया जाएगा जिवें अज राम ने जा रहे है और इस तको तो फिर उतना तको वेखो तो उत्ते सब तो उत्ते सिर खोते रहा है ये मूर्खता की निशानी है जिंदा विद्वान हो के भी इसने अमल नहीं किया जो कुछ पढ़िया सिर्फ पढ़ने जोगा ही रह गया
तो खुद अमल कर ले, भावे एक अखर से अमल करो। साहिबाज दिन एक अखर हर मन बताए, नानक होत निहाल। वाहिगुरु जी का खालसा।